ਗਾਇਸ ਅਸੀਂ ਕਿਚਨ ਚ ਪਹੁੰਚ ਚੁੱਕੇ ਹਾਂ ਬਾਜ਼ਾਰ ਚੋਂ ਆ ਕੇ ਤੇ ਕਿਚਨ ਚ ਅੱਜ ਬਣਨ ਲੱਗਾ ਦਹੀਂ ਫਰਾਈ। ਸੱਚ ਤੁਸੀਂ ਕਹਿੰਦੇ ਸੀ ਹੁਣ ਮੈਂ ਲਾਈਵ ਹੋਵਾਂਗੇ ਵਲੌਗ ਬਣਾਵਾਂ। ਸੱਚ ਸਿੰਘ ਰੁੱਕ ਜਾ, ਸਾਰੇ ਰੈਸਪੀ ਮੰਗਦੇ ਵਲੌਗ ਬਣਾਉਣੀ ਆ। ਵਲੌਗ ਬਣਾਉਣਾ ਤੇ ਲਓ ਜੀ ਵਲੌਗ ਦੇ ਵਿੱਚ ਨਾ ਬਣੇ ਰਿਹੋ। ਇਹ ਚਾਹੇ ਵਲੌਗ ਮੈਨੂੰ ਇਕੱਲਾ ਖੜ ਜਾ, ਦਹੀਂ ਦਾ ਪਾਣਾ ਪੈ ਜੇ, ਮਤਲਬ ਜਿਹੜਾ ਦਹੀਂ ਫਰਾਈ ਕਰ ਲੱਗਿਆ। ਕਈ ਮੇਰੇ ਭੈਣ ਭਰਾ ਕਹਿੰਦੇ ਸਾਨੂੰ ਨਹੀਂ ਪਤਾ ਤੇ ਇੱਧਰ ਆਪਾਂ ਬਣਾਉਣ ਲੱਗੇ ਨਾਲ ਨਮਕੀਨ ਚੌਲ ਤੇ ਨਾਲ ਦਹੀਂ ਫਰਾਈ। ਤੇ ਲਓ ਜੀ ਇੱਧਰ ਦਹੀਂ ਫਰਾਈ ਹੋਣ ਲੱਗਾ। ਇੱਧਰ ਆਪਾਂ ਨੇ ਤੇਲ ਪਾਤਾ ਕੜਾਹੀ ਚ ਸਰੋਂ ਦਾ। ਫਟਾਫਟ ਤੁਸੀਂ ਹਾਂ ਤੂੰ ਜੀਰਾ ਪਾ ਫਟਾਫਟ। ਸਿੰਮੂ ਨੂੰ ਨਾ ਡਰ ਲੱਗਦਾ ਕਿ ਪਿਆਜ਼ਾਂ ਤੋਂ ਉਹ ਹੁੰਦਾ। ਲਓ ਜੀ ਆਪਾਂ ਪਿਆਜ਼ ਪਾਤੇ, ਜੀਰਾ ਪਾਤਾ ਪਹਿਲਾਂ ਤੇ ਇੱਧਰ ਪਿਆਜ਼ ਫਰਾਈ ਹੋ ਰਹੇ ਨੇ ਦਹੀਂ ਵਾਸਤੇ ਤੇ ਟਮਾਟਰ ਸਿੰਮਣ ਕੱਟ ਲਏ। ਟਮਾਟਰ ਮਟਰ ਕੱਟ ਲੈਣੇ ਚੌਲਾਂ ਵਾਸਤੇ। ਇੱਧਰ ਆਪਾਂ ਅਦਰਕ ਤੇ ਪਿਆਜ਼ ਕੱਟ ਲਏ, ਪਿਆਜ਼ ਘੋਰ ਕੱਢਣਾ ਘੱਟ ਗਏ ਪਿਆਜ਼ ਸਿਮਰਨ ਨੇ ਨਾ ਦਹੀਂ ਚ ਜ਼ਿਆਦਾ ਪਾਏ ਪਿਆਜ਼। ਮੈਂ ਬੁਰੀ ਪੂਰੀ ਸ਼ੈਫ ਬਣੀ ਹੋਈ ਆ, ਬੜੀਆਂ ਰੈਸਪੀਆਂ ਦੱਸਣ ਡਈ ਹੈ। ਚੌਲਾਂ ਨਾਲ ਖਾਣਾ ਨਾ ਮੁੱਖ ਖਾ ਕੇ ਠੀਕ ਹੈ ਫਿਰ ਕੀ ਚੌਲ ਲੈਣਾ ਫਿਰ ਜ਼ਿਆਦਾ ਨਾਲ ਨਮਕ ਹੋਵੇ। ਥੋੜ੍ਹਾ ਧਨੀਆ ਪਾ ਦੇ ਸਾਡੇ ਨਾ ਇਹਨੂੰ ਸ਼ੈਫ ਸਾਹਿਬ ਨੂੰ ਧਨੀਆ ਨਹੀਂ ਪਸੰਦ। ਸੋਹਣੇ ਜਿਹੇ ਨੂੰ ਸੋਹਣੇ ਜਿਹੇ ਪੁੱਤ ਨੂੰ ਮੇਰੇ ਸੋਹਣੇ ਨਹੀਂ ਐਂ ਖਾ ਲੈਣੀ ਜੇ ਪਾ ਦਿਓ ਪਰ ਐਂ ਮੈਨੂੰ ਨਹੀਂ ਪਸੰਦ ਹੈ। ਇਹ ਪਤਾ ਕੀ ਜਦੋਂ ਸਿਮਰਨ ਮਤਲਬ ਹੋਣ ਵਾਲੀ ਸੀ ਨਾ ਮੈਂ ਧਨੀਆ ਨਹੀਂ ਖਾਂਦੀ, ਮੈਨੂੰ ਧਨੀਆ ਦੀ ਸਮੈਲ ਤੋਂ ਬੜੀ ਐਲਰਜੀ ਸੀ ਤੇ ਸਿਮਰਨ ਵੀ ਸੇਮ ਆ, ਸਿਮਰਨ ਧਨੀਆ ਨਹੀਂ ਖਾਂਦੀ ਹੈਗੀ। ਹੁਣ ਮੈਂ ਧਨੀਆ ਪਾਵਾਂ ਨਾ ਤੇ ਕਹਿੰਦੇ ਕਿ ਮੰਮਾ ਧਨੀਆ ਨਾ ਪਾਇਓ, ਧਨੀਆ ਨਾ ਪਾਇਓ, ਜ਼ਿਆਦਾਤਰ ਅਸੀਂ ਸਬਜ਼ੀ ਧਨੀਆ ਨਹੀਂ ਪਾਉਂਦੇ ਹੈਗੇ। ਸੋਫਟ ਹੋ ਗਿਆ ਟਮਾਟਰ ਤੇ ਹੁਣ ਕੀ ਜਾਏਗਾ ਇਹਦੇ ਸ਼ੈਫ ਸਾਹਿਬ? ਹਲਦੀ, ਹਲਦੀ ਠੀਕ ਹੈ, ਹੋਰ ਮਿਰਚ, ਮਿਰਚ, ਲਾਲ ਮਿਰਚ ਪਾਊਡਰ ਥੋੜ੍ਹਾ ਜਿਹਾ, ਜ਼ਿਆਦਾ ਨਹੀਂ, ਜ਼ਿਆਦਾ ਨਾ, ਜ਼ਿਆਦਾ ਨਾ, ਜ਼ਿਆਦਾ ਪਾਤਾ ਹੈ ਨਾ, ਥੋੜ੍ਹੀ ਹਰੀ ਮਿਰਚ ਪਾ ਲਾਂਗੇ ਆਪਾਂ ਚੌਲਾਂ 'ਚ। ਚਲੋ ਜੀ ਇਹਦਾ ਮਸਾਲਾ ਫਸਲਾ ਰਹਿ ਗਈ, ਮਸਾਲਾ ਫਸਲਾ ਰਹਿ ਗਈ ਤਾਂ ਹੁਣ ਕੀ ਪਾਉਣਾ? ਕਿਚਨ ਕਿੰਗ ਮਸਾਲਾ, ਥੋੜ੍ਹਾ ਜਿਹਾ ਕਿਚਨ ਕਿੰਗ ਮਸਾਲਾ ਦੇਖ ਲਓ ਤੁਸੀਂ, ਕਿਉਂਕਿ ਪਤਾ ਨਹੀਂ ਕੀ ਡੱਬਾ ਤਾਂ ਮੁੱਕਣਾ ਹੈ, ਮੁੱਕ ਗਿਆ ਡੱਬਾ ਤਾਂ। ਸਿਮਰਨ ਨੇ ਮੰਗਾਤਾ, ਮੈਂ ਦੇਖੋ ਇਹਦਾ ਕਲਰ ਕਿੰਨਾ ਪਿਆਰਾ ਆਇਆ ਨਾ, ਤੁਹਾਨੂੰ ਕੈਮਰੇ 'ਚ ਉਹਨਾਂ ਰੈੱਡ ਨਹੀਂ ਦੇਖ ਰਿਹਾ ਪਰ ਬਹੁਤ ਰੈੱਡ ਕਲਰ ਹੈ। ਮਸਾਲਾ ਬਸ ਰੈਡੀ ਹੋ ਚੱਲਿਆ ਅਤੇ ਇੱਧਰ ਆਪਾਂ ਨੇ ਦਹੀਂ ਨੂੰ ਨਾ ਥੋੜ੍ਹਾ ਜਿਹਾ ਮੈਸ਼ ਕਰ ਲੈਣਾ, ਦਹੀਂ ਨੂੰ ਆਪਾਂ ਨੇ ਥੋੜ੍ਹਾ ਜਿਹਾ ਮਿਕਸ ਕਰ ਲੈਣਾ। ਕਰੋ ਮਿਸ਼ਕ, ਮਿਸ਼ਕ ਕਰੋ, ਮਿਸ਼ਕ ਕਰ ਰਹੀ ਹਾਂ, ਕਰ ਚੰਗੀ ਤਰ੍ਹਾਂ ਮਿਕਸ ਕਰਨਾ ਇਹਦੇ ਨੂੰ, ਮਤਲਬ ਥੋੜ੍ਹੀਆਂ ਡਲੀਆਂ ਜਿਹੀਆਂ ਨਾ ਰਹਿਣ, ਨਹੀਂ ਤਾਂ ਫਿਰ ਵਿੱਚ ਉਹ ਨਹੀਂ
ਚੰਗੀਆਂ ਜਿਹੀਆਂ ਨਹੀਂ ਲੱਗਦੀਆਂ। ਨਹੀਂ ਉਹ ਤਾਂ ਹੋ ਹੀ ਜਾਂਦਾ, ਮੈਂ ਜਦੋਂ ਵਿੱਚ ਜਾਂਦਾ ਮੈਂ। ਚਲੋ ਜੀ ਸਿਮਰਨ ਨੇ ਦਹੀਂ ਕਰ ਲਿਆ ਚੰਗੀ ਤਰ੍ਹਾਂ ਮਿਕਸ। ਇੱਧਰ ਆਪਣਾ ਮਸਾਲਾ ਵੀ ਰੈਡੀ ਹੈ, ਬਸ ਅਬ ਜਾਏਗਾ ਇਸਮੇ ਦਹੀਂ। ਚਲੋ ਜੀ ਮਸਾਲਾ ਰੈਡੀ ਹੋ ਗਿਆ, ਇੱਥੇ ਸਿਰਫ ਆਪਣੇ ਹਲਦੀ ਪਕਾਉਣੀ ਹੁੰਦੀ, ਹੋਰ ਤਾਂ ਕੋਈ ਜ਼ਿਆਦਾ ਨਹੀਂ ਹੁੰਦਾ। ਕਾਫੀ ਮੇਰੇ ਭੈਣ ਭਰਾ ਕਹਿ ਰਹੇ ਸੀ ਤੁਸੀਂ ਦਹੀਂ ਦੀ ਰੈਸਪੀ ਦਿਓ, ਦਹੀਂ ਦੀ ਰੈਸਪੀ, ਚੱਲ ਤੁਹਾਡੇ ਲਈ ਸਪੈਸ਼ਲ ਦਹੀਂ ਦੀ ਰੈਸਪੀ ਰੈਡੀ ਹੈ। ਚਲੋ ਪਾ ਦਿਓ ਬੱਚੇ। ਦਹੀਂ ਪਾਉਣ ਤੋਂ ਬਾਅਦ ਨਾ ਆਪਾਂ ਨੇ ਗੈਸ ਸਿਮ ਕਰ ਦੇਣਾ, ਨਹੀਂ ਤਾਂ ਦਹੀਂ ਪਾਣੀ ਛੱਡ ਜਾਂਦਾ ਹੁੰਦਾ। ਫਿਰ ਮੈਂ ਕਿਹਾ ਜਦ ਤੇ ਪਕਾ ਲਿਆ ਸਿਮ ਹੁੰਦਾ। ਕੜਛੀ ਆਪਾਂ ਨੇ ਵਿੱਚ ਨਾ ਮਤਲਬ ਇਹਨੂੰ ਮਿਕਸ ਕਰੀ ਜਾਣਾ, ਖੜਨਾ ਨਹੀਂ ਹੈਗਾ। ਦੇਖੋ ਕਲਰ ਕਿੰਨਾ ਸੋਹਣਾ ਆ ਰਿਹਾ, ਕਿੰਨਾ ਸੋਹਣਾ ਆ ਰਿਹਾ। ਥੋੜ੍ਹਾ ਜਿਹਾ ਪਾਇਓ, ਜ਼ਿਆਦਾ ਨਾ ਪਾਇਓ। ਅਤੇ ਇੱਧਰ ਆਪਣਾ ਦਹੀਂ ਹੋ ਗਿਆ ਰੈਡੀ, ਥੋੜ੍ਹਾ ਜਿੰਨਾ ਕੁ ਤੁਸੀਂ ਪਤਲਾ ਕਰਨਾ ਉਹਦੇ ਹਿਸਾਬ ਨਾਲ ਪਾਣੀ ਪਾ ਲਓ। ਦਹੀਂ ਲੱਗਿਆ ਸੀ ਬਸ, ਆਹੀ ਸੌਖਾ ਕੰਮ ਹੈ ਜੀ, ਸਭ ਤੋਂ ਸੌਖਾ ਕੰਮ ਦਹੀਂ ਬਣਾਉਣਾ, ਹੈ ਨਾ। ਸੁੱਕੇ ਸੁੱਕੇ ਹੱਥ ਆ ਰਹੇ ਸੀ ਮੈਨੂੰ ਕਹਿੰਦੇ, ਇਹੀ ਸੁੱਕੀ ਜੀ। ਇੱਧਰ ਆਪਣਾ ਦਹੀਂ ਫਰਾਈ, ਕਰਡ ਫਰਾਈ ਜਿਹਨੂੰ ਕਹਿੰਦੇ, ਉਹ ਰੈਡੀ ਹੋ ਗਿਆ। ਅਤੇ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਸੀ ਤੁਸੀਂ ਰੈਸਪੀ ਦਿਓ, ਅਤੇ ਅੱਜ ਆਪਾਂ ਨੇ ਰੈਸਪੀ ਦੇ ਦਿੱਤੀ, ਅਤੇ ਹੁਣ ਵੀਡੀਓ ਸ਼ੇਅਰ ਕਰਨੀ ਤੁਸੀਂ ਜ਼ਰੂਰ ਦੱਬ ਕੇ, ਕਿਉਂਕਿ ਸਾਡੀ ਸਿਮਰਨ ਨੇ ਪੂਰਾ ਜ਼ੋਰ ਲਾਇਆ ਭੈਣ ਚੇਰੀ ਨੇ। ਅਤੇ ਕੁਛ ਕਹਿੰਦੇ ਸੀ ਲਾਈਵ ਲਾਈਵ ਮੈਂ ਹੋ ਨਹੀਂ ਸਕਦੀ, ਫਿਰ ਮੈਨੂੰ ਹੋਰ ਵੀ ਨਾਲ ਕੰਮ, ਜਿਵੇਂ ਮੈਂ ਚੌਲ ਬਣਾਉਣੇ ਹਨ ਅਤੇ ਫਿਰ ਮੇਰਾ ਧਿਆਨ ਭੜਕ ਜਾਣਾ ਸੀ ਅਤੇ ਮੈਂ ਲਾਈਵ ਨਹੀਂ ਹੋਈ। ਮਤਲਬ ਬਸ ਆਪਾਂ ਨੇ ਇਹਨੂੰ ਕੋਸਾ ਜਿਹਾ ਹੀ ਕਰਨਾ, ਦਹੀਂ ਨੂੰ ਬਹੁਤ ਜ਼ਿਆਦਾ ਗਰਮ ਨਹੀਂ ਕਰਨਾ ਹੈਗਾ। ਆਹ ਦੇਖ ਲਓ ਆਉਂਦੇ ਹੀ ਨਾ ਮੈਨੂੰ ਕਹਿੰਦੇ ਨੇ ਕਿ ਹੁਣ ਆਪਾਂ ਨੇ ਸੰਤਰੇ ਜਿਹੜੇ ਨਾਸਿਕ ਵਾਲੇ ਲਿਆਇਆ ਕਰਨੇ, ਪਹਿਲਾਂ ਕਿਹੜੇ ਲਿਆਉਂਦੇ ਹਾਂ? ਪਹਿਲਾਂ ਇੱਥੇ ਫਜ਼ਿਲਕਾ ਲਿਆਉਂਦੇ ਹੁੰਦੇ ਸੀ, ਬਹੁਤ ਫਜ਼ਿਲਕਾ ਨਾ, ਐ ਨਾ ਕਹੋ, ਇਹ ਹੁਣ ਸਾਹਿਬ ਦੇ ਇੱਥੇ ਲੱਗਦੇ ਨੇ, ਸੰਗਰੂਰ, ਬਟਾਲੇ, ਬਰਨਾਲੇ। ਨਾਸਿਕ ਵਾਲੇ ਜਦੋਂ ਖਾਣੀ ਨਾਸਿਕ ਵਾਲੇ ਨੇ ਤਾਂ ਫਿਰ ਨਾਸਿਕ 'ਚ ਕੌਣ ਹੋਊਗਾ ਆਪਣਾ? ਜੇ ਤਾਂ ਉਹ ਅਬੋਹਰ ਵਾਲੇ ਤਾਂ ਹੁਣ ਵੀ ਮਿਲ ਰਹੇ ਨੇ, ਆਪਾਂ ਘੱਟ ਲਿਆਉਂਦੇ ਹੁੰਦੇ ਆ ਉਹ ਨਾਸਿਕ ਵਾਲੇ। ਇਸ ਵਾਰ ਸਾਰੇ ਇਸ ਆਹ ਜਿੰਨੀ ਸਰਦੀ ਸਰਦੀ ਆਪਾਂ ਨਾਸਿਕ ਵਾਲੇ ਚੱਲਣਗੇ। ਚਲੋ ਠੀਕ ਹੈ, ਚਲੋ ਜਿੱਦਣ ਨਾਸਿਕ ਵਾਲੇ ਸਾਡੇ ਘਰੇ ਆਏ ਨਾ ਸੰਤਰੇ, ਤਾਂ ਉਦੋਂ ਤੁਹਾਡਾ ਜ਼ਰੂਰ ਸ਼ੇਅਰ ਕਰਾਂਗੇ ਆਪਾਂ। ਹਾਂ ਤਾਂ ਫਿਲਹਾਲ ਸਾਡੇ ਕੋਲ ਫਜ਼ਿਲਕਾ ਬੋਰ ਵਾਲੇ ਨੇ, ਉਹੀ ਖਾਂਦੇ ਪਏ ਆ। ਉਹ ਵੀ ਖਾਣ ਨੂੰ ਕੀ ਠੰਡ ਆ, ਉਧਰ ਗਲੇ ਖਰਾਬ ਹੋ ਜਾਂਦੇ, ਜੇ ਧੁੱਪ ਚੜ੍ਹਦੀ ਉਦੋਂ ਨੂੰ ਕੰਮ ਹੁੰਦੇ ਨੇ, ਖਾਣ ਦਾ ਟਾਈਮ ਹੀ ਨਹੀਂ ਲੱਗਦਾ। ਇੱਧਰ ਸਾਡਾ ਰਾਤ ਦਾ ਰੋਟੀ ਪਾਣੀ ਆ ਗਿਆ, ਚੌਲ ਅਤੇ ਨਾਲ ਦਹੀਂ ਫਰਾਈ, ਜਿਹੜਾ ਤੁਸੀਂ ਵਲੌਗ ਦੇ ਵਿੱਚ ਦੇਖਿਆ, ਬਹੁਤ ਹੀ ਟੇਸਟੀ ਬਣੇ ਨੇ, ਅਤੇ ਤੁਸੀਂ ਵੀ ਖਾ ਲਓ। ਵੇਖ ਕੇ ਭੁੱਖ ਲੱਗ ਜਾਂਦੀ ਹੁੰਦੀ ਵੈਸੇ, ਹੈ ਨਾ, ਜਦੋਂ ਰੋਟੀ ਕੋਈ ਖਾਂਦਾ ਹੁੰਦਾ। ਤੁਹਾਡੇ ਸਾਰਿਆਂ ਲਈ ਬਹੁਤ ਵੱਡੀ ਖੁਸ਼ਖਬਰੀ ਕਿ ਅੱਜ ਫਾਈਨਲੀ ਸਾਡੀ ਗੱਡੀ ਜਿਹੜੀ ਹੈ ਘਰ ਆ ਗਈ ਹੈ। ਸਾਨੂੰ ਵੀ ਬਹੁਤ ਖੁਸ਼ੀ ਹੋਏਗੀ ਸਾਡੀ ਅੱਜ ਗੱਡੀ ਆ ਗਈ ਹੈ। ਪਤਾ ਨਹੀਂ ਅੱਜ ਚਾਨਣੀ ਦੀਵਾਲੀ ਲੱਗਦੀ ਹੈ, ਮੈਂ ਕਹਿੰਦੀ ਹੁੰਦੀ ਹਾਂ ਚਾਨਣੀ ਦੀਵਾਲੀ ਨੂੰ ਗੱਡੀ ਆਉਣੀ ਹੈ। ਦਮਨ ਲੋਕ ਲਾ ਦੀ ਪੁੱਤ, ਅੱਜ ਤਾਂ ਬੜੀ ਖੁਸ਼ੀ ਦੀ ਗੱਲ ਹੈ, ਗੱਡੀ ਆ ਗਈ ਹੈ, ਕਰਮਾਂ ਵਾਲੀ ਵਿਚਾਰੀ ਮਸਾਂ ਹੀ ਆਈ ਹੈ। ਤਰਲੇ ਕਰਕੇ ਲਿਆਇਓ ਹੈ ਸੋਨੂੰ, ਭਾਵੇਂ ਰੁੱਸ ਜੇ ਫਿਰ ਗੱਲ ਆਉਣ ਵਾਲੀ ਆ ਜਾਂਦੀ। ਗੱਡੀ ਦਾ ਹੀ ਫਿਕਰ ਹੈ, ਨੱਡੀ ਦੀ ਨੀ ਫਿਕਰ ਹੈਗੀ ਕਿ ਨੱਡੀ ਭਾਵੇਂ ਰੁੱਸ ਜੇ। ਚਲੋ ਉਹਨੂੰ ਛੱਡੋ, ਤੁਸੀਂ ਇੱਧਰ ਮੈਂ ਜਿਹੜੀ ਗੱਲ ਕਰ ਰਹੀ ਨਾ ਇੱਧਰ ਜਵਾਬ ਦਿਓ। ਮੈਂ ਗੱਡੀ ਦੀ ਫਿਕਰ ਹੈ, ਨੱਡੀ ਦੀ ਨੀ ਫਿਕਰ ਕਿ ਗੱਡੀ ਨੂੰ ਮਸਾਂ ਮਨਾ ਕੇ ਲਿਆਏ, ਮੈਨੂੰ ਕਦੇ ਨੀ ਮਨਾ ਕੇ ਲਿਆਂਦਾ। ਭਵਾਨੀਗੜ੍ਹ ਤੱਕ ਗੇੜਾ ਲਾਓ,
ਚਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹ ਹੈਗਾ ਜੀ ਨੈਕਸਟ ਡੇ। ਇਹ ਧੁੰਦ ਤੁਸੀਂ ਦੇਖ ਸਕਦੇ ਕਿੰਨੀ ਪਈ, ਦੇਖਦੇ ਨਾ ਉਹ ਥੱਲੇ ਡਿੱਗ ਗਈ ਪੂਰੀ, ਹੈ ਨਾ। ਪਹਿਲਾਂ ਸਵੇਰ ਮੌਸਮ ਠੀਕ ਸੀ, ਹੁਣ ਜ਼ਿਆਦਾ ਹੋ ਗਈ ਹੈ। ਟਾਈਮ ਹੋ ਗਿਆ 9 ਵਜੇ ਦਾ, ਅਤੇ ਅੱਜ ਆਪਾਂ ਫਿਰ ਬਣਾਉਣ ਲੱਗੇ ਹਾਂ ਮੂਲੀ ਵਾਲੇ ਪਰੌਂਠੇ। ਅਤੇ ਸਰ ਵੈਸੇ ਧੁੱਪ ਇੱਥੇ ਆ ਗਈ ਸੂਰਜ, ਪਰ ਹੁਣ ਧੁੰਦ ਡਿੱਗਦੀ ਪਈ। ਅਤੇ ਦਮਨ ਵੀ ਸਕੂਲ ਚਲੀ ਗਈ, ਅਤੇ ਅਵਤਾਰ ਵੀ ਆਫਿਸ ਦੀ ਰੈਡੀ ਹੁੰਦੇ ਪਏ ਨੇ, ਅਤੇ ਮੈਂ ਬਸ ਪਾਸੇ ਕਰਨ ਲੱਗੀ ਹਾਂ ਤਿਆਰੀ। ਆਏ ਆਹ ਤਾਂ ਜ਼ਿਆਦਾ ਮੋਟਾ ਹੋ ਗਿਆ, ਅਤੇ ਠੰਡ ਪੂਰੀ ਹੈ, ਅਤੇ ਧੁੱਪ ਦਾ ਵੀ ਸਿੱਕਾ ਹੈ। ਅੱਜ ਸਾਡੇ ਘਰ ਤੀਜੀ ਵਾਰੀ ਮੂਲੀ ਵਾਲੇ ਪਰੌਂਠੇ ਬਣ ਲੱਗੇ ਨੇ, 2 ਵਾਰੀ ਖਾਧੇ ਨੇ। ਇਹ ਵਧੀਆ ਪਰਾਂਠੇ ਜੋ ਬਣਦੇ ਨੇ, ਅਤੇ ਇੱਕ ਵਾਰੀ ਸਿਮੂ ਚਾਹ ਹੋਰ ਬਣਾਉਣਾ ਘੈਂਟ ਨੂੰ। ਸਿਮੂ ਨੂੰ ਨਾ ਚਾਹ ਤੋਂ ਬੜੀ ਨਫ਼ਰਤ, ਸਿਮੂ ਕਹਿੰਦੇ ਤੁਸੀਂ ਸਾਰਾ ਦਿਨ ਚਾਹ 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 ਕਰਦੇ ਰਹਿੰਦੇ ਹੋ, ਅਤੇ ਆਪਾਂ ਨੂੰ ਚਾਹ ਬਿਨਾਂ ਚੈਨ ਨਹੀਂ ਆਉਂਦਾ। ਮੂਲੀਆਂ ਵੀ ਸਾਡੀਆਂ ਬੜੀਆਂ ਤਗੜੀਆਂ ਤਗੜੀਆਂ ਨੇ, ਮੋਟੀਆਂ ਮੋਟੀਆਂ ਲੈਂਦੀਆਂ ਮੈਂ, ਕੱਦੂ ਕਸ਼ ਕਰਦੀਆਂ ਨਾ ਸੌਖੀਆਂ ਰਹਿੰਦੀਆਂ ਨੇ, ਛੋਟੀਆਂ ਛੋਟੀਆਂ ਨੂੰ ਟਾਈਮ ਬਹੁਤ ਲੱਗਦਾ। ਖਾਓਗੇ ਨਾ ਮੂਲੀ ਵਾਲੇ ਪਰੌਂਠੇ? ਆਪਾਂ ਨੂੰ ਅੱਜ ਟਿਫਨ 'ਚ ਵੀ ਆਪਾਂ ਮੂਲੀ ਵਾਲੇ ਪਰੌਂਠੇ ਦੇਣੇ, ਦਹੀਂ ਨਾਲ ਚਾਹ ਨਾਲ ਖਾਣਗੇ। ਦੇਖਦੇ ਹਾਂ ਕੀ ਬਣਦਾ। ਬਸ ਬਣੇ ਰਹੋ ਵਲੌਗ 'ਚ, ਅਤੇ ਜਿਹੜੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਜਿਹੜੇ ਪੁਰਾਣੇ ਨੇ ਉਹ ਸ਼ੇਅਰ ਕਰ ਦਿਓ, ਠੀਕ ਹੈ। ਅਤੇ ਚਲੋ ਮੈਂ ਮੂਲੀਆਂ ਕੱਦੂ ਕਸ਼ ਕਰ ਲਾਂ, ਫਿਰ ਮਿਲਦੇ ਹਾਂ। ਪੇਸਟ ਹੋ ਗਿਆ ਰੈਡੀ ਮੂਲੀਆਂ ਦਾ, ਅਤੇ ਹੁਣ ਆਪਾਂ ਬਣਾਉਣ ਲੱਗੇ ਹਾਂ ਪਰੌਂਠੇ। ਅਤੇ ਪਰੌਂਠੇ ਪਰੌਂਠੇ ਖਾ ਲਏ ਆਪਾਂ ਨੇ, ਅਵਤਾਰ ਵੀ ਚਲੇ ਗਏ ਔਫਿਸ, ਅਤੇ ਸਿਮਰਨ ਵੀ ਚਲੇ ਗਈ, ਅਤੇ ਮੈਂ ਵੀ ਪਰੌਂਠੇ ਖਾ ਕੇ, ਅਤੇ ਹੁਣ ਮੈਂ ਚਾਹ ਬਣਾਉਣ ਲੱਗੀ ਹਾਂ। ਥੋੜ੍ਹਾ ਚਿਰ ਧੁੱਪੇ ਬਹਿ ਗਈ, ਅਤੇ ਅਮਨ ਹੋਰਾਂ ਨੇ ਆਉਣਾ, ਅਤੇ ਅਸੀਂ ਜਾਣਾ। ਅਮਨ ਨੇ ਅਤੇ ਮੈਂ ਅਤੇ ਕੁਲਵਿੰਦਰ ਨੇ, ਅਤੇ ਨਾਲ ਸ਼ਾਇਦ ਪ੍ਰਨੀਤ ਅਤੇ ਫਤਿਹ ਵੀ ਆ। ਮੈਂ ਬਸ ਮੈਂ ਹਾਂ, ਤੁਸੀਂ ਆ ਜਾਓ, ਅਤੇ ਮੈਂ ਥੋੜ੍ਹਾ ਬਹੁਤਾ ਰੈਡੀ ਹੋ ਗਈ ਹਾਂ, ਬਸ ਮੈਂ ਕੱਪੜੇ ਪਾਉਣੇ ਨੇ, ਆਪਾਂ ਬਾਕੀ ਰੈਡੀ ਉਹਨਾਂ ਚਿਰ ਆਪਾਂ ਚਾਹ ਪੀ ਲੈਂਦੇ ਹਾਂ ਘੁੱਟ ਬਣਾ ਕੇ। ਅਤੇ ਸੱਚ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ, ਅੱਜ ਮੈਂ ਥੋੜ੍ਹਾ ਜਿਹਾ ਮੇਕਅਪ ਕੀਤਾ, ਮੈਨੂੰ ਦੱਸਿਓ ਕਮੈਂਟ ਕਰਕੇ ਕਿ ਕਿਵੇਂ ਲੱਗ ਰਿਹਾ। ਮੈਂ ਫਸਟ ਟਾਈਮ ਕੀਤਾ, ਕੋਈ ਜ਼ਿਆਦਾ ਹੈਵੀ ਨਹੀਂ ਕੀਤਾ, ਬਸ ਮਾੜਾ ਮੋਟਾ ਜਿਹਾ ਕੀਤਾ ਕਿ ਅੱਜ ਕਰਕੇ ਦੇਖਦੇ ਹਾਂ। ਅਤੇ ਮੈਂ ਬਸ ਫਾਊਂਡੇਸ਼ਨ ਵਗੈਰਾ ਯੂਜ਼ ਕੀਤੀ, ਅਤੇ ਪ੍ਰਾਈਮਰ, ਅਤੇ ਕੁਝ ਜ਼ਿਆਦਾ ਨਹੀਂ, ਅਤੇ ਇੱਕ ਕੰਪੈਕਟ ਪਾਊਡਰ, ਅਤੇ ਲਾਈਨਰ ਵੀ ਲਾਇਆ। ਮੈਂ ਵੀਡੀਓ ਤਾਂ ਨਹੀਂ ਬਣਾਈ ਹੈਗੀ, ਮੈਂ ਕਿਹਾ ਪਤਾ ਨਹੀਂ ਵਧੀਆ ਹੋਣਾ ਕਿ ਨਹੀਂ ਹੋਣਾ, ਕਿਤੇ ਹੋਰ ਹੀ ਕੁਛ ਹੋ ਜਾਵੇ। ਅਤੇ ਜਦੋਂ ਮੈਂ ਨੈਕਸਟ ਟਾਈਮ ਕਰਾਂਗੀ, ਜੇ ਤੁਹਾਡੇ ਕਮੈਂਟ ਆਏ ਕਿ ਵਧੀਆ ਲੱਗਿਆ, ਅਤੇ ਫਿਰ ਮੈਂ ਉਹਦੀ ਵੀਡੀਓ ਜ਼ਰੂਰ ਬਣਾਉਂਗੀ ਕਿ ਮੈਂ ਕਿਵੇਂ ਮੇਕਅਪ ਕੀਤਾ। ਅਤੇ ਆਪਣਾ ਮੇਕਅਪ ਮੂਕਅਪ ਕਰਨਾ ਨਹੀਂ ਆਉਂਦਾ ਹੈਗਾ ਬਾਹਲਾ ਜ਼ਿਆਦਾ। ਅਤੇ ਦੇਖੋ ਲਾਈਨਰ ਵੀ ਲਾਇਆ, ਲਾਈਨਰ ਮੈਨੂੰ ਐਂ ਲੱਗਦਾ ਅੱਖਾਂ ਮੋਟੀਆਂ ਹੋ ਜਾਂਦੀਆਂ ਮੇਰੀਆਂ ਜਦੋਂ ਮੈਂ ਲਾਈਨਰ ਲਾਉਂਦੀ ਹਾਂ, ਅਤੇ ਜਾਂ ਮੈਂ ਮਸਕਾਰਾ ਲਾਉਂਦੀ ਹਾਂ, ਅਤੇ ਇਸ ਕਰਕੇ ਮੈਂ ਬੜਾ ਘੱਟ ਹੀ ਇਹ ਚੀਜ਼ਾਂ ਯੂਜ਼ ਕਰਦੀ ਹਾਂ। ਅਤੇ ਅੱਜ ਲਾਇਆ, ਦੇਖਦੇ ਹਾਂ ਤੁਹਾਡੇ ਕਮੈਂਟ ਕੀ ਕਹਿੰਦੇ ਨੇ। ਕੁਛ ਜਾਂ ਤਾਂ ਉੱਪਰਾ ਲੱਗ ਰਿਹਾ ਤਾਂ ਵੀ ਦੱਸਿਓ ਕਿ ਤੁਹਾਡੇ ਫੇਸ 'ਤੇ ਮਤਲਬ ਸੂਟ ਨਹੀਂ ਕਰ ਰਿਹਾ, ਜੇ ਵਧੀਆ ਲੱਗ ਰਿਹਾ ਤਾਂ ਵੀ ਕਮੈਂਟ ਕਰਿਓ। ਅਤੇ ਬਾਕੀ ਜੀ ਚਲੋ ਮਿਲਦਾ ਤੁਹਾਨੂੰ ਨਵੇਂ ਵਲੌਗ ਦੇ ਨਾਲ, ਅਤੇ ਹੁਣ ਜਿਹੜਾ ਵਲੌਗ ਮੈਂ ਇੱਥੇ ਖਤਮ ਕਰਦੀ ਹਾਂ, ਅੱਗੋਂ ਨਵਾਂ ਵਲੌਗ ਸ਼ੁਰੂ ਕਰਦੇ ਨੇ, ਅਮਨ ਹੋਰੀ ਪਹੁੰਚਣ ਵਾਲੇ ਨੇ, ਫਿਰ ਆਪਾਂ ਕਰਦੇ ਹਾਂ ਕੰਟੀਨਿਊ। ਅਤੇ ਜਿਹੜੇ ਚੈਨਲ 'ਤੇ ਨਵੇਂ ਨੇ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ ਸ਼ੇਅਰ ਜ਼ਰੂਰ ਕਰਿਆ ਕਰੋ, ਅਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ। ਚਲੋ ਇੱਧਰ ਮੈਂ ਬਣਾਉਣਾ ਪਹਿਲਾਂ ਚਾਹ, ਅਤੇ ਚਲੋ ਜੀ ਬਾਏ ਬਾਏ ਸਾਰਿਆਂ ਨੂੰ।